ਦੇਖੋ ਸਰਕਾਰ ਨੇ ਜੇ ਐਕਸ਼ਨ ਲੈਣੇ ਹੁੰਦੇ ਤਾਂ 73 ਸਾਲਾਂ ਦੇ ਲੈ ਲੈਣੇ ਸੀ ਪਰ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਇਹਨਾਂ ਨੇ ਕਦੇ ਨੀਤੀ ਚੰਗੀ ਨਹੀਂ ਬਣਾਈ ਕਦੇ ਚੰਗੇ ਕੰਮ ਨਹੀਂ ਕੀਤੇ ਕਦੇ ਲੋਕਾਂ ਦੇ ਹਿੱਤਾਂ 'ਚ ਕੰਮ ਨਹੀਂ ਕੀਤੇ ਸੋ ਜਿਹੜਾ ਸਰਕਾਰ ਦੇ ਜਿਹੜੇ ਅੱਜ ਲੋਕ ਜਗ੍ਹਾ ਜਗ੍ਹਾ ਉੱਤੇ ਪ੍ਰਦਰਸ਼ਨ ਕਰ ਰਹੇ ਨੇ ਜਾਂ ਲੋਕ ਰੋਸ ਦਿਖਾ ਰਹੇ ਵੀ ਦਿਖਾ ਰਹੇ ਵੀ ਸਾਨੂੰ ਜਿਹੜੀ ਤੁਹਾਡੀ ਸਰਕਾਰ ਉਹ ਨਹੀਂ ਪਸੰਦ ਅਸੀਂ ਨਕਾਰਦੇ ਆਂ ਅਸੀਂ ਤੁਹਾਡੀ ਸਰਕਾਰ ਨੂੰ ਜਦੋਂ ਹਰ ਥਾਂ ਕੈਪਟਨ ਸਾਡੇ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਜਿਨ੍ਹਾਂ ਨੇ ਬੜੀ ਲੰਬੇ ਅਰਸੇ 10 ਸਾਲ ਹੁਣ ਲਗਾਤਾਰ ਉਹਨਾਂ ਨੇ ਰਾਜ ਕੀਤਾ ਇਹ ਤੋਂ ਪਹਿਲਾਂ ਕੈਪਟਨ ਦੀ ਸਰਕਾਰ ਰਹੀ ਹੁਣ ਫੇਰ ਆਈ ਇਹ ਸਾਰੇ ਪੰਜਾਬ ਦੇ ਲੋਕ ਤੁਹਾਨੂੰ ਜਿਹੜੀਆਂ ਹੜਤਾਲਾਂ ਹੋ ਰਹੀਆਂ ਜਿਹੜੇ ਰੋਸ ਮਾਰਚ ਹੋ ਰਿਹਾ ਹੁਣ ਤੁਹਾਡੇ ਦੋਵਾਂ ਦੇ ਪੁਤਲੇ ਫੂਕੇ ਗਏ ਇਹ ਪੰਜਾਬ ਦੇ ਲੋਕ ਦੱਸ ਰਹੇ ਕਿ ਤੁਹਾਨੂੰ ਤੁਹਾਡੀ ਸਰਕਾਰ ਨਹੀਂ ਪਸੰਦ ਜਿਹੜੇ ਤੁਸੀਂ ਕੰਮ ਕਰ ਰਹੇ ਹੋ ਨਹੀਂ ਪਸੰਦ ਜੇ ਤੁਸੀਂ ਪੰਜਾਬ ਦੇ ਲੋਕਾਂ ਲਈ ਕੰਮ ਕੀਤੇ ਹੁੰਦੇ ਤਾਂ ਅੱਜ ਸਾਰਾ ਪੰਜਾਬ ਮੇਲਿਆਂ ਦੀ ਧਰਤੀ ਹੜਤਾਲਾਂ ਦੀ ਧਰਤੀ ਨਾ ਬਣੀ ਹੁੰਦੀ ਸੋ ਤੁਹਾਡਾ ਜਿਹੜਾ ਟਾਈਮ ਆ ਸਾਲ ਔਖੇ ਸੌਖੇ ਤੁਹਾਡੇ ਨਾਲ ਅਸੀਂ ਕਿਵੇਂ ਨਾ ਕਿਵੇਂ ਕੱਟਾਂਗੇ ਕਿਉਂਕਿ ਤੁਸੀਂ ਜਿਹੜਾ ਬੰਦਾ ਆਪਣੀ ਜ਼ਮੀਰ ਮਰ ਚੁੱਕੀ ਹੋਵੇ ਉਹ ਅਸਤੀਫਾ ਤੇ ਨਹੀਂ ਦਿੰਦਾ ਤੁਸੀਂ ਅਸਤੀਫਾ ਤੇ ਨਹੀਂ ਦਿਓਗੇ ਕਿਉਂਕਿ ਇਹ ਤੁਸੀਂ ਇਹ ਕੁਰਸੀ ਦੇ ਲਈ ਕਿਸੇ ਹੱਦ ਤੱਕ ਜਾ ਸਕਦੇ ਹੋ ਸੋ ਅੱਜ ਜਿਹੜੇ ਤੁਹਾਡੇ ਰਾਣੂਕੇ ਦੇ ਸਰਪੰਚ ਨਾਲ ਰਿਸ਼ਤੇ ਨਿਕਲੇ ਆ ਦੋਨੇ ਸਰਕਾਰਾਂ ਦੇ ਉਹਦਾ ਜਵਾਬ ਦੇ ਦਿਓ ਜਦੋਂ ਮਾਰਚ ਦੇ ਵਿੱਚ ਲੋਕਡਾਊਨ ਲੱਗਿਆ ਸੀ ਤਾਂ ਇਹਨਾਂ ਨੇ ਕੈਪਟਨ ਸਾਹਿਬ ਨੇ ਕਿਹਾ ਕਿ ਮੈਂ ਆਪਣਾ ਨਸ਼ੇ ਦਾ ਲੱਕ 4 ਹਫ਼ਤਿਆਂ 'ਚ ਤੋੜਨਾ ਤੇ ਦਾਅਵੇ ਵੀ ਕਰਦੇ ਰਹੇ ਵੀ ਅਸੀਂ ਨਸ਼ੇ ਦਾ ਲੱਕ ਤੋੜਤਾ ਚਲੋ ਅਸੀਂ ਨਸ਼ੇ ਦਾ ਲੱਕ ਤੋੜਤਾ ਕਿਵੇਂ ਮੰਨੀਏ ਤੁਸੀਂ ਤੋੜੀ ਆ ਪੰਜਾਬ ਦੀ ਰੀੜ ਦੀ ਹੱਡੀ ਠੀਕ ਹੈ ਮਾਰਚ ਦੇ ਵਿੱਚ ਲੋਕਡਾਊਨ ਤੋਂ ਜੂਨ ਦੇ 4 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ 1,16,000 ਨੌਜਵਾਨ ਪਿੱਟ ਪਿੱਟ ਬਾਹਰ ਆ ਗਏ ਵੀ ਸਾਨੂੰ ਟੀਕੇ ਦੇ ਦਿਓ ਸਾਨੂੰ ਗੋਲੀਆਂ ਦੇ ਦਿਓ ਸਾਨੂੰ ਚਿੱਟਾ ਦੇ ਦਿਓ ਨਹੀਂ ਅਸੀਂ ਮਰ ਜਾਾਂਗੇ ਸੋ ਜਦੋਂ ਲੋਕਡਾਊਨ ਲੱਗਿਆ ਉਹਨਾਂ ਨੂੰ ਘਰਾਂ 'ਚ ਬੰਦ ਕੀਤਾ ਗਿਆ ਤਾਂ ਉਹਨਾਂ ਨੇ ਸ਼ਰੇਆਮ ਬਾਹਰ ਆ ਕੇ ਡਰੱਗ ਡਿਕਟਡ ਸੈਂਟਰਾਂ 'ਚ ਦੱਸਿਆ 1,16,000 ਨੌਜਵਾਨ ਸਿਰਫ 4 ਮਹੀਨਿਆਂ ਦੇ ਅੰਕੜਾ ਕਿ ਅਸੀਂ ਮਰ ਜਾਾਂਗੇ ਨਹੀਂ ਸਾਨੂੰ ਨਸ਼ਾ ਦਿਓ ਸੋ ਉਹ ਸਾਨੂੰ ਦੱਸ ਦਿਓ ਵੀ ਜਿਹੜਾ ਇਹ ਅੰਕੜਾ ਬਾਹਰ ਆਇਆ ਤੁਸੀਂ ਕਿਹੜਾ ਨਸ਼ਿਆਂ ਦਾ ਲੱਕ ਤੋੜਿਆ ਜਾਂ ਤੁਸੀਂ ਪੰਜਾਬ ਦੀ ਜਵਾਨੀ ਦਾ ਲੱਕ ਤੋੜਿਆ ਜਾਂ ਪੰਜਾਬ ਦੀ ਕਿਸਾਨੀ ਦਾ ਲੱਕ ਤੋੜਿਆ ਸੋ ਇਹ ਜਿਹੜਾ ਵਾਹਿਗੁਰੂ ਆ ਕੁਦਰਤ ਇਹ ਕੰਮ ਕਰ ਰਹੀ ਆ ਆਸ-ਪਾਸ ਕਲਯੁੱਗ ਦਾ ਵੀ ਵੇਲਾ ਹੁੰਦਾ ਤੁਹਾਡਾ ਵੇਲਾ ਆਇਆ ਕਲਯੁੱਗ ਦਾ ਪਰ ਹੁਣ ਇੱਕ ਟਾਈਮ ਜਾ ਕੇ ਸੱਚ ਦਾ ਵੀ ਵੇਲਾ ਆਉਂਦਾ ਸੋ ਸੱਚ ਦਾ ਵੇਲਾ ਆ ਗਿਆ ਸਾਲ ਅੱਤ ਨਾ ਚੱਕਿਓ ਔਖੇ ਸੌਖੇ ਤੁਸੀਂ ਕੁਰਸੀ ਤਾਂ ਛੱਡਣੀ ਨਹੀਂ ਦੇਖੋ ਫਰਜ਼ ਸਾਰਿਆਂ ਦਾ ਬਣਦਾ ਚਾਹੇ ਉਹ ਗਾਉਣ ਵਾਲੇ ਨੇ ਵਜਾਉਣ ਵਾਲੇ ਨੇ ਚਾਹੇ ਉਹ ਇੱਕ ਲੀਡਰ ਹੈ ਚਾਹੇ ਅਧਿਆਪਕ ਆ ਕੋਈ ਵੀ ਬੰਦਾ ਜਿਹੜਾ ਗਲਤ ਚੀਜ਼ ਨੂੰ ਪ੍ਰਮੋਟ ਕਰ ਰਿਹਾ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਮਾੜੇ ਚੀਜ਼ਾਂ ਨੂੰ ਜੇ ਤੁਸੀਂ ਪ੍ਰਮੋਟ ਕਰਾਂਗੇ ਉਹਨੂੰ ਕੋਈ ਵੀ ਪਸੰਦ ਨਹੀਂ ਕਰਦਾ ਸੋ ਪੰਜਾਬ ਦੇ ਹਾਲਾਤ ਪਹਿਲੀ ਖਰਾਬ ਨੇ ਮਾੜੇ ਗਾਣੇ ਗਾ ਕੇ ਮਾੜੀ ਲੀਡਰੀ ਕਰਕੇ 1 ਸਾਲ ਹੋ ਗਿਆ ਪੰਜਾਬ ਦੇ ਲੋਕ ਇਸ ਟਾਈਮ ਬਹੁਤ ਤੰਗ ਆ ਸੋ ਜਿਹੜੇ ਮੌਜੂਦਾ ਹਾਕਮ ਨੇ ਜਿਨ੍ਹਾਂ ਨੂੰ ਵੋਟਾਂ ਦੇ ਕੇ ਜਿਤਾਇਆ ਹੋਇਆ ਕਿਰਪਾ ਕਰਕੇ ਸਾਲਕ ਆਪਣਾ ਜਿਹੜਾ ਤੁਹਾਡਾ ਭ੍ਰਿਸ਼ਟ ਰੂਪ ਆ ਉਹ ਨਾ ਦਿਖਾਇਓ ਸਾਲਕ ਤੁਸੀਂ ਬਹੁਤ ਲੁੱਟ ਲਿਆ ਸਾਨੂੰ 73 ਸਾਲਾਂ ਦੇ ਵਿੱਚ ਹੁਣ ਸਾਲਕ ਬੰਦ ਰਿਹੋ ਸਾਲ ਬਾਅਦ ਪੰਜਾਬ ਦੇ ਲੋਕ ਤੁਹਾਨੂੰ ਆ ਨਾਰਾਜ਼ਗੀ ਤੁਹਾਨੂੰ ਵੋਟਾਂ ਪਾਉਣ ਵੇਲੇ ਤੁਹਾਡੀ ਜਦੋਂ ਸੱਤਾ ਸਿੱਟੀ ਉਦੋਂ ਤੁਹਾਨੂੰ ਜਵਾਬ ਮਿਲ ਜਾਣਾ